बिस्मिल्लाहिर्रहमानिर्रहीम, अस्सलाम वालेकुम। कैसे सब? उम्मीद करती हूँ अल्लाह के फजल करम और शिक्र के साथ साथ ठीक ठाक होंगे। जी अपने आज के व्लॉग का आगाज। अच्छा जी, आपने भाई उस्मान के व्लॉग में देखा ही होगा जो उन्होंने थंबनेल पे लगाया हुआ था मेरा पार्सल। कल मैं गई थी अपने मायके तो वो चीजें मैं लेके आई थी। दिखाती हूँ क्या, एक तो ये शॉपर पड़ा हुआ है, बाकी फिर आपके सामान देखे थे इसके अपने बनाना शेयर कर दिए। और खाला चौला मैं भी खाला छापर ने ना फट जाने रास्ते च अम्मी जी फ्रिज बंद करियो। पर्पल सूट कहने हैं ना? हाँ जी पर्पल ही पता है। नहीं जी मैं देखता ही होना है, मैंने पता नहीं है। सारे जहान का कपड़ा मैं लुड़ो दिता। बड़ा मुलायम सूट है। मेहरून है लेकिन कैमरे में रेड नजर आ रहा है। कैमरे में रेड नजर आ रहा है। मैं फिर दिखानी है भाई पास ने कैमरा पकड़िया एंड ते मैं छोटा क्लिप बनाऊंगी फिर मैं तुम्हें ओरिजिनल कलर और दिखाऊंगी। जा ऐ बात यार सेंड करे बोल ऐ भी बहुत प्यारा बा। हां इतना सोना है। हीरा ले आके ओ हीरा। हां आ भी बहुत प्यारा। हीरा पकड़ लियो देख रही है ना। मैं वैसे हल्की जी लेस लगवा के ना बिल्कुल शटल लेस लगवा के बिल्कुल हल्की जी फिर सिलाई करवाऊंगी ना ये चादर। नहीं फिर भी सारी भैन दसते हैं भी लैस लगवा लीए जो लगवाए तो भारा हो जाए क्योंकि जो मेरा वेलवेट का सूट मैं बड़ी मुश्किल में दुपट्टा कंट्रोल कर दी कमीज भी बदनी हो जाती है देखिए कढ़ाई हुई है ना लेकिन फिर भी मुश्किल चंगा होंगे जो भैन पाने खुद सिलाई करके पाए ना बिल्कुल छोटी छोटी लैस लगा के ना हाँ छोटी छोटी लैस लगा कमीज से भी खाला ने मुंगिया कलर जो मैं कल सूट ले गई उठ के पहन के मेहंदी कलर खाकी कलर खाला मेरा नहीं है ਮੁੰਗਿਆ ਕਲਰ ਦੇ ਉਹ ਵੀ ਸਾਰੇ ਮੇਰੇ ਪੂਰੇ ਹੋ ਗਏ ਫਿਰ ਆਂਦੀ ਭਾਜੀ ਉਹ ਤੇ ਮੁੰਗਿਆ ਕਲਰ ਮੈਨੂੰ ਬੜਾ ਸੋਹਣਾ ਇਹ ਮੁੰਗਿਆ ਕਲਰ ਨਹੀਂ ਹੁਣ ਮੁੰਗੀ ਦਾ ਮੌਸਮ ਆ ਕਲਰ
ਪਹਿਲੇ ਨੰਬਰ ਤੇ ਆ ਇਹ ਦੂਸਰੇ ਤੇ ਇਹ ਤੀਸਰੇ ਤੇ ਹਾਂ ਮੈਂ ਪਹਿਲੇ ਨੰਬਰ ਮੈਂ ਵੈਸੇ ਕਲਰ ਵਾਈਟ ਇਹ ਵੀ ਕਲਰ ਸੋਹਣਾ ਵੀ ਲੱਗਦਾ ਇਹ ਵੀ ਕਲਰ ਮਿੱਠਾ ਮਿੱਠਾ ਅੱਛਾ ਜੀ ਸਾਰੇ ਮੈਂ ਆਪਾਂ ਵੀ ਅਸੀਂ ਉਧਰ ਪਕੜੇ ਮੈਂ ਵੈਸੇ ਹਾਂ ਲੈ ਨੀਲੇ ਕੋ ਮੈਂ ਪੈਰ ਰੋਕਦੇ ਸਹੀ ਚਲ ਸਰਦੀਆਂ ਦੇ ਬਾਅਦ ਲੈ ਕੇ ਨਾ ਦੇਣੇ ਪੈਰ ਨਾ ਇਹ ਤਾਂ ਮੈਂ ਵੈਸੇ ਦੀਆਂ ਜ਼ਿੰਦਗੀ ਦੀਆਂ ਗੰਡਾ ਇਹ ਵੱਡੇ ਵੱਡੇ ਰੱਖ ਖੁੱਲੇ ਖੁੱਲੇ ਰੱਖ ਸਿਲਾਈ ਕਰਾ ਲੈਣੇ ਵੈਸੇ ਚੰਗੀ ਦਰਜਾ ਆਣੀ ਕੋ ਇਹ ਡਬਲ ਸਿਲਾਈ ਕਰਾਉਣੀ ਡਬਲ ਸਿਲਾਈ ਸਿੰਗਲ ਸਿਲਾਈ ਨਹੀਂ ਇਹ ਤੇ ਕਰਾਉਣੀ ਡਬਲ ਸਿਲਾਈ ਨਹੀਂ ਡਬਲ ਸਿਲਾਈ ਕਰਾ ਦੇਣੀ ਮੈਂ ਵੈਸੇ ਤੇਰੇ ਵੀ ਮੈਂ ਵੀ ਵਾ ਵਿਆਸੇ ਨਾਲ ਹੀ ਹੈ ਟੂ ਪੀਸ ਨਹੀਂ ਹੋ ਅੱਛਾ ਦੁਪੱਟੇ ਸੇਮ ਹੀ ਆ ਆ ਹੋ ਗਿਆ ਲੈ ਬਟ ਤੇ ਹੁਣ ਇਹ ਕਲਰ ਤਾਂ ਬਹੁਤ ਪਿਆਰਾ ਲੱਗਿਆ ਮੈਂ ਵੈਸੇ ਉਸ ਬਾਅਦ ਹੁਣ ਆ ਲਵੋ ਉਸ ਬਾਅਦ ਆ ਲੈਨੇ ਆ ਵੀ ਕਲਰ ਬਹੁਤ ਪਿਆਰਾ ਵੈ ਹਾਂ ਮੈਂ ਵੀ ਬਿਠਾ ਹਾਂ ਲੈ ਅਭੀ ਆਪਣੀ ਜਗ੍ਹਾ ਸੋ ਧੁੱਪ ਦੇ ਹੋਏ ਤੇ ਦੇਖਿਆ ਫਿਰ ਇਹਨਾਂ ਦਾ ਕਲਰ ਫਿਰ ਪਤਾ ਲੱਗਣਾ ਸੀ ਅੰਦਰ ਬੈਠੇ ਆ ਔਰ ਮੋਟਰ ਸਾਡੀ ਚੱਲ ਰਹੀ ਹੈ ਇਸ ਕਰਕੇ ਸੀ ਲਾਈਟਿੰਗ ਥੋੜੀ ਕਮ ਕਮ ਲੱਜ ਲਈ ਹੈ ਤਾਂ ਕਿ ਸਾਡੀ ਤਾਰ ਦੌੜਦੀ ਹੈ ਇਹਦੇ ਵਿੱਚ ਵੀ ਚੀਜ਼ਾਂ ਪ੍ਰਿੰਟ ਲੱਗ ਰਹੀਆਂ ਨਹੀਂ ਸੋਹਣਾ ਹੈ ਵੀ ਇਹ ਵੀ ਸੋਹਣਾ ਲੱਗਿਆ ਆ ਵੀ ਨਾ ਮੈਨੂੰ ਛੇਤੀ ਆ ਲੱਗ ਜੇ ਸਾਰੇ ਚਲਾ ਆਪਣੇ ਹੁਣ ਤੇ ਮੈਸੇਜ ਹੋ ਗਏ ਤੇ ਮੈਂ ਹਰਾ ਹੋ ਗਈ ਕਾਕਾ ਫੜ ਲਿਆ ਹਿਬਾ ਲੈ ਕੇ ਆਓ ਕਾਕਾ ਅਸੀਂ ਰਾਣੀ ਉਰੇ ਲਿਆ ਪੁੱਤਰ ਹਿਬਾ ਅੱਛਾ ਜੀ ਆ ਮੈਂ ਬਸ ਕੁਝ ਇਸ ਤਰ੍ਹਾਂ ਲੱਗ ਗਿਆ ਮੈਂ ਵਿਚਾਰਾ ਹਜ਼ਾਰ ਕੀਤਾ ਹੋਵੇ ਨਾ ਕਿ ਤੁਮ ਜੇ ਸਾਡੇ ਨਾਲ ਉਮਰਾ ਕਰਨ ਜਾਵੋ अगर बेटा दिता तो इन्हां दोवां पापा दा ते बेटे दा भी जाना लेकिन मैं कह रही हां कि इहदे दुपट्टे बन जाने आ लेकिन आपने जिहड़ी ने भेजे दस्या सी कि मतलब दुपट्टा मैं आंटी ने सूट पाया देखा उन्हें ग्रीन कलर दा पाया सी एडा प्यारा लगदा सी ना फिर पता की आ ਅੱਬੂ ਜੀ ਨੂੰ ਸੂਟ ਲੈ ਦੇਣਾ ਹੋਵੇ ਨਾ ਤੇ ਅੱਬੂ ਜੀ ਗੁੱਸੇ ਹੁੰਦੇ ਆ ਅਸੀਂ ਬਕਾਇਆ ਸੂਟ ਖਰੀਦ ਲਿਆ ਉਹ ਖੁਸ਼ ਹੁੰਦੇ ਅੱਬੂ ਸਾਡੇ ਗੁੱਸੇ ਹੁੰਦੇ ਉਹ ਕਹਿੰਦੇ ਪੈਸੇ ਵਧੂ ਲਾਇਆ ਜਿਹੜਾ ਕੱਪੜੇ ਨਾ ਸਾਡਾ ਆਵਾਜ਼ ਅੱਬੂ ਜੀ ਨੇ ਲੈ ਕੇ ਦਿੰਦਾ ਜੇ ਵੀ ਗਰਮੀਆਂ ਚ ਲੈ ਕੇ ਦਿੱਤੇ ਅੱਬੂ ਕੋਈ ਨਾ ਬੱਕੋ ਬੱਕਰ ਦਾ ਮਾਂ ਦਾ ਲੈ ਕੇ ਦਿੰਦਾ ਤੇ ਉਹ ਫਿਰ ਘਟਾ ਪੈਸੇ ਲੈ ਕਿਉਂਕਿ ਲੈ ਕੇ ਤਾਂ ਦਿੰਦੇ ਆ ਮੈਂ ਕਿਹਾ ਚਲੋ ਸੇਮ ਨਾਲ ਦਾਦਾ ਅੱਬੂ ਦਾ ਵੀ ਕਰਦੇ ਆ ਦਾਦਾ ਅੱਬੂ ਜੀ ਲਾਜੇ ਚ ਪੱਪਾ ਜੀ ਸ਼ੁਰੂ ਕਾਕਾ ਨਾਲ ਇੱਥੇ ਨਿੱਕੇ ਪਹਿਲਾਂ ਬੰਦ ਕਰ ਲਈਏ ਮੈਂ ਵਿਸ਼ ਕਹਿੰਦੀ ਪੈਂਟ ਸ਼ਰਟ ਪਾਉਣੀ ਤੇ ਅੱਬੂ ਜੀ ਕਹਿੰਦੇ ਕੁਰਤੇ ਜਾਂ ਸਰਤਰਾ ਜਿਸ ਤਰ੍ਹਾਂ ਸਲਵਾਰ ਕਮੀਜ਼ ਮੋਇਜ਼ ਨਹੀਂ ਨਾ ਪਿਆਰ ਕਰਦਾ ਮੈਂ ਕਿਹਾ ਅਗਰ ਬੇਟੀ ਹੋਈ ਨਾ ਤਾਂ ਪੈਂਟ ਸ਼ਰਟ ਦੇ ਬੇਟਾ ਤਾਂ ਅੱਬੂ ਕਹੇ ਨਹੀਂ ਬੇਟਾ ਆਇਆ ਤਾਂ ਵੀ ਗਰਮੀ ਲੱਗਦੀ ਪੈਂਪਰ ਵੀ ਲਾ ਦਿੰਦੇ ਬੱਚੇ ਨੂੰ ਕਹਿੰਦੇ ਵੀ ਤੰਗ ਹੁੰਦੇ ਬੱਚੇ ਨੂੰ ਗਰਮੀ ਵਾਕੀ ਰੈਸ਼ ਹੁੰਦੀ ਹੈ ਆਣ ਜਾਣ ਲੱਗਿਆ ਲਾ ਲੈ ਕਦੀ ਪੁਰਾਣਾ ਘਰ ਆਏ ਹੋਏ ਨੇ ਕੱਪੜੇ ਪਾਏ ਹੁਣ ਤੇ ਫਿਰ ਚਲ ਫਿਰ ਧੁੱਪ ਦੇ ਦਿਖਾਓ ਮਾਂ ਜਦ ਗਏ ਜਾਏ ਗੁੱਜਾ ਗਿਆ ਅੱਜ ਫਿਰ ਵੀ ਛੱਟ ਲਾ अच्छा वे दिखाओ दूसरी चीजा भी देखना बहना बहनो अच्छा जी ऐ हो गए 300 ना बहुत ही खूब कर दी बाहर डॉक्टर भाई आ गया मैं बाहर भी जाना है तू चल जाके चमक दिखाने है मेरे चमक बहुत आ कमरे से भी आ डव साबुन है ऐसा इसकी खुशबू बाहर दी डव साबुन दी देख पाकिस्तान दी बड़ी फर्क आ अच्छा हां जी अगर मेरे सिटी अब ऐसे वाकई अच्छा मैं डव साबुन ये इस्तेमाल कर दे कि ਅਸੀਂ ਹੋਰ ਮੰਗਾਇਆ ਮੈਂ ਚੇਂਜ ਕਰਕੇ ਲੈ ਕੇ ਆਉਂਦਾ ਮੈਂ ਗਰਮੀਆਂ ਨੂੰ ਨਹੀਂ ਲਗਾਉਂਦੀ ਹੁੰਦੀ ਕਿਉਂਕਿ ਥੋੜਾ ਨਾ ਹੁੰਦਾ ਥਿੰਨ ਹੁੰਦਾ ਨਰਮ ਨਰਮ ਇਹ ਮੈਂ ਸਰਦੀਆਂ ਲਗਾਉਂਦੀ ਹੁੰਦੀ ਹਾਂ ਗਰਮੀਆਂ ਨੂੰ ਫਿਰ ਮੈਂ ਰਿਲੈਕਸ ਲੈਣੀ ਹੁੰਦੀ ਹਾਂ ਇਹ ਕਲਰ ਇਹਦੀ ਖੁਸ਼ਬੂ ਸਾਰਾ ਹੁੰਦੀ ਹੈ ਥੈਂਕ ਯੂ ਆਂਟੀ ਮੇਰੇ ਜਿਹੜੇ ਦੇ ਨਾ ਸੂਟ ਸੀ ਇੱਕ ਮੇਰਾ ਜਿਹੇਜ਼ਾ ਸੀ ਮੇਰੇ ਜਿਹੜੇ ਦਾ ਡਾਂ ਬਹੁਤ ਜ਼ਿਆਦਾ ਵਾਲ ਆਂਦੇ ਆਪਣੇ ਆਪਣੇ ਜ਼ਿਲ੍ਹਾ ਦਾ ਹਸਤਾ ਹੁੰਦਾ ਨਾ ਆਪਣੇ ਆਪਣੇ ਜ਼ਿਲ੍ਹਾ ਦਾ ਅੱਛਾ ਜੀ ਸਰਦੀਆਂ ਲਗਾਉਣੀਆਂ ਸੀ ਨੇ ਗਲਵਸ ਦੇਜੇ ਮੇਰੇ ਲਈ ਅਮੀ ਜੀ ਆ ਜਾਓ मैं इलायची खानी
फिर पैसे नहीं लगे होते ना महसूस नहीं होता हां जी आती जी मेरे लगा आया ना मैं रात जिन्नी दफा जो हवा चलती सी उदों तंग करदा सी खुशबू बेटा असल कलर ਇਹ ਵਾਲਾ ਇਸ ਸੂਟ ਦਾ ਹਾਂਜੀ ਇੱਕ ਇਹ ਕਲਰ ਇਹ ਸੇਮ ਹੀ ਹੈ ਮਤਲਬ ਦੁਪੱਟਾ ਸ਼ਲਵਾਰ ਕਮੀਜ਼ ਔਰ ਇੱਕ ਇਹ ਵਾਲਾ ਕਲਰ ਬਹੁਤ ਚਮਕ ਇਹਨਾਂ ਕੱਪੜਿਆਂ ਦੀ ਧੁੱਪ 'ਤੇ ਜਾ ਕੇ ਵੀ ਇੱਕ ਵਾਰੀ ਇੱਕ ਸੂਟ ਦੀ ਵੀਡੀਓ ਬਣਾ ਲੈਂਦੇ ਹਾਂ ਕਿਸ ਤਰ੍ਹਾਂ ਦੀ ਲੱਗਦੀ ਇੱਕ ਆਹ ਮਹਿਰੂਨ ਕਲਰ ਆ ਰੈੱਡ ਨਹੀਂ ਹੈ ਇੱਕ ਮਿੰਟ ਫਿਰ ਵੀ ਇਹ ਜਿਹੜਾ ਨਾ ਥੋੜ੍ਹਾ ਰੈੱਡ ਆ ਰਿਹਾ ਲੇਕਿਨ ਇਹ ਕਲਰ ਆ ਇਹਦਾ ਜਿਹੜਾ ਹੁਣ ਇਹ ਵਾ ਬਹੁਤ ਪਿਆਰੇ ਅੱਲਾ ਪਾਣੀ ਨਸੀਬ ਕਰੇ ਬਾਕੀ ਹੈ ਪਰਫਿਊਮ ਪਰਫਿਊਮ ਹਾਂਜੀ ਹਾਂਜੀ ਇਹ ਦੂਸਰੀ ਹੋ ਗਏ ਪਰਫਿਊਮ ਮਿੱਠੂ ਸ਼ੀਸ਼ਾ ਟੁੱਟ ਜਾਣਾ ਗਲਬਸ ਇਹ ਫਿਰ ਜਦੋਂ ਅੱਲਾ ਪਾਕ ਦਿੰਦਾ ਨਾ ਬੇਬੀ ਤੇ ਫਿਰ ਸਵਾਈਆਂ ਵਗੈਰਾ ਚਿਹਰੇ ਤੇ ਪੈ ਜਾਂਦੀਆਂ ਹੁਣ ਦੇਖੋ ਭਾਬੀ ਆਸੀਆ ਤੇ ਹੈ ਇਹ ਫਿਰ ਚਿਹਰੇ ਤੇ ਲਗਾਓ ਨਾ ਤੇ ਫਿਰ ਹਾਂ ਸੌਫਟ ਹਾਂਜੀ ਡੋਵ ਸਾਬਣ ਇਹਦੀ ਬਹੁਤ ਪਿਆਰੀ ਖੁਸ਼ਬੂ ਅਸੀਂ ਵੀ ਲੈਂਦੇ ਪਾਕਿਸਤਾਨ 'ਚ ਉਹਨਾਂ ਦੀ ਖੁਸ਼ਬੂ ਨਹੀਂ ਹੁੰਦੀ ਇਹਦੀ ਖੁਸ਼ਬੂ ਪਿਆਰੀ ਆ ਵੈਸੇ ਇਹ ਸਾਰੀ ਜੀ ਸ਼ੋਪਿੰਗ ਇਹਦੇ ਵਿੱਚ ਸਾਬਣ ਹੀ ਹੈ ਲੈ ਤਿੰਨ ਪੈਕਟ ਅੰਮੀ ਜੀ ਹਾਂਜੀ ਸਾਰੀ ਸ਼ੋਪਿੰਗ ਬਹੁਤ ਸੋਹਣੀ ਆ ਥੈਂਕਸ ਅੱਲਾ ਹਾਫਿਜ਼ ਨਹੀਂ ਨਹੀਂ ਤਿੰਨ ਗੱਚੀਆਂ